ਸਰ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਸਪੀਕਰ ਸਾਹਿਬ, ਪਹਿਲੀ ਨਜ਼ਰ 'ਚ ਜਦੋਂ ਬਜਟ ਦੇ ਸਾਡੇ ਓਨਰੇਬਲ ਫਾਈਨੈਂਸ ਮਿਨਿਸਟਰ ਦਾ ਮੈਂ ਭਾਸ਼ਣ ਪੜ੍ਹਿਆ, ਪਹਿਲੀ ਨਜ਼ਰ 'ਚ ਇਹ ਬਜਟ ਪੂਰੇ ਤਰੀਕੇ ਨਾਲ ਅਨਡੈਮੋਕ੍ਰੈਟਿਕ, ਅਨਕੋਨਸਟੀਟਿਊਸ਼ਨਲ ਅਤੇ ਐਂਟੀ ਫੈਡਰਲ ਸਟਰਕਚਰ ਹੈ। ਸਰ, ਇਸ ਬਜਟ 'ਚ ਜਿਸ ਤਰੀਕੇ ਨਾਲ ਵਿਤਕਰਾ ਕੀਤਾ ਹੈ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਸੰਵਿਧਾਨ ਹੈ, ਉਹਦੀ ਜਿਹੜੀ ਸਪਿਰਿਟ ਹੈ ਫੈਡਰਲਿਜ਼ਮ ਦੀ, ਉਸ ਸਪਿਰਿਟ ਦੇ ਅੰਗੇਜ਼ਡ ਹੈ ਬਜਟ। ਸਪੀਕਰ ਸਾਹਿਬ, ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਇਸ ਭਾਸ਼ਣ 'ਚ ਇੱਕ ਸ਼ਬਦ ਆਇਆ ਅੰਨਦਾਤਾ। ਭਾਰਤੀ ਜਨਤਾ ਪਾਰਟੀ ਕੁਛ ਮਹੀਨੇ ਪਹਿਲਾਂ ਇਸੇ ਹੀ ਅੰਨਦਾਤਾ ਨੂੰ ਐਂਟੀ ਨੈਸ਼ਨਲ, ਪਾਕਿਸਤਾਨੀ, ਅਰਬਨ ਨਕਸਲ, ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਇਹਨਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ। ਅੱਜ ਜਦੋਂ 80 ਕਰੋੜ ਲੋਕਾਂ ਨੂੰ ਖਾਣਾ ਦੇਣ ਦੀ ਗੱਲ ਹੈ, ਰੋਟੀ ਦੇਣ ਦੀ ਗੱਲ ਹੈ, ਅਤੇ ਓਨਰੇਬਲ ਫਾਈਨੈਂਸ ਮਿਨਿਸਟਰ ਨੇ ਆਪਣੇ ਬਜਟ ਦੇ ਇਸ ਭਾਸ਼ਣ 'ਚ ਅੰਨਦਾਤਾ ਸ਼ਬਦ ਵਰਤਿਆ, ਇਹਦਾ ਮੈਂ ਸਵਾਗਤ ਕਰਦਾ। ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਸਪੀਕਰ ਸਾਹਿਬ, 80 ਕਰੋੜ ਲੋਕਾਂ ਨੂੰ ਦੇਣ ਵਾਲੀ ਰੋਟੀ ਭੋਜਨ, ਉਹਦੇ ਵਿੱਚ ਪੰਜਾਬ ਵਰਗਾ ਅਹਿਮ ਸੂਬਾ ਜਿਹੜਾ 50% ਕੰਟਰੀਬਿਊਟ ਕਰਦਾ ਆ, ਪੂਰੇ ਭਾਸ਼ਣ 'ਚ ਉਸ ਸੂਬੇ ਦਾ ਜ਼ਿਕਰ ਨਹੀਂ ਹੈ। ਸਪੀਕਰ ਸਾਹਿਬ, ਇਹ ਬਹੁਤ ਮੰਦਭਾਗੀ ਗੱਲ ਹੈ। ਹੋਣਾ ਇਹ ਚਾਹੀਦਾ ਸੀ ਜਿਹੜੇ ਸਾਡੇ ਅੰਨਦਾਤਾ, ਜਿਹੜੇ ਸਾਡੇ ਕਿਸਾਨ, ਜਿਨ੍ਹਾਂ 'ਤੇ ਜਿਨ੍ਹਾਂ ਦੀ ਬੁਨਿਆਦ 'ਤੇ ਸਾਡਾ ਦੇਸ਼ ਖੜ੍ਹਾ ਹੈ, ਉਸ ਕਿਸਾਨਾਂ ਨੂੰ ਜਿਹੜੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ, ਮਿਨੀਮਮ ਸਪੋਰਟਸ ਪ੍ਰਾਈਜ਼ ਦੇਣਾ ਚਾਹੀਦਾ। ਸਪੀਕਰ ਸਾਹਿਬ, ਪੂਰੇ ਮੁਲਕ 'ਚ ਤਮਾਮ ਵਰਗਾਂ ਨੂੰ, ਸਾਰੇ ਲੋਕਾਂ ਨੂੰ, ਕੋਈ ਵੀ ਮੈਨੂਫੈਕਚਰਰ ਹੈ ਉਹਨੂੰ ਮਿਨੀਮਮ ਸਪੋਰਟਸ ਪ੍ਰਾਈਜ਼ ਮਿਲਦਾ ਹੈ। ਅਨਫੋਰਚੁਨੇਟਲੀ ਦੁਖਦਾਈ ਦੀ ਗੱਲ ਹੈ ਕਿ ਕਿਸਾਨ ਨੂੰ ਮਿਨੀਮਮ ਸਪੋਰਟਸ ਪ੍ਰਾਈਜ਼ ਉਹਦੀ ਫਸਲ 'ਤੇ ਨਹੀਂ ਮਿਲਦਾ। ਔਰ ਮੋਦੀ ਸਾਹਿਬ ਬਤੌਰ ਗੁਜਰਾਤ ਮੁੱਖ ਮੰਤਰੀ, ਜਦੋਂ ਓਨਰੇਬਲ ਚੀਫ ਮਿਨਿਸਟਰ ਸੀ ਗੁਜਰਾਤ ਦੇ, ਉਦੋਂ ਓਨਰੇਬਲ ਪ੍ਰਾਈਮ ਮਿਨਿਸਟਰ, ਮੌਜੂਦਾ ਪ੍ਰਧਾਨ ਮੰਤਰੀ ਜੀ ਇਸ ਗੱਲ ਦੀ ਵਕਾਲਤ ਕਰਦੇ ਰਹੇ ਆ ਕਿ ਕਿਸਾਨਾਂ ਨੂੰ ਮਿਨੀਮਮ ਸਪੋਰਟਸ ਪ੍ਰਾਈਜ਼ ਦੀ ਲੀਗਲ ਗਾਰੰਟੀ ਹੀ ਨਹੀਂ, ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਸ ਹੈ ਉਹਦੇ ਹਿਸਾਬ ਨਾਲ ਉਹਦਾ ਮੁੱਲ ਮਿਲਣਾ ਚਾਹੀਦਾ। ਲੇਕਿਨ ਪਿਛਲੇ 10 ਸਾਲ ਦੀ ਭਾਜਪਾ ਸਰਕਾਰ ਨੇ ਇਹਨੂੰ ਦੇਣ ਦਾ ਕਦੀ ਨਾਂ ਨਹੀਂ ਲਿਆ। ਦੂਜੀ ਗੱਲ ਸਪੀਕਰ ਸਾਹਿਬ, ਇਹਦੇ 'ਚ ਜ਼ਿਕਰ ਆਇਆ ਰੋਜ਼ਗਾਰ ਦਾ। ਇਸ ਬਜਟ ਦੇ ਭਾਸ਼ਣ 'ਚ ਪਹਿਲੀ ਗੱਲ ਤਾਂ ਇਹ ਆ ਵੀ ਪਿਛਲੇ 10 ਸਾਲਾਂ 'ਚ ਸਾਡੇ ਨੌਜਵਾਨਾਂ ਨੂੰ ਜਿਸ ਹੱਦ ਤੱਕ ਬੇਰੁਜ਼ਗਾਰ ਕੀਤਾ, ਅੱਜ ਦੇਸ਼ ਦੇ ਇਤਿਹਾਸ ਸਭ ਤੋਂ ਹਾਈਐਸਟ ਲੈਵਲ 'ਤੇ ਬੇਰੁਜ਼ਗਾਰੀ ਆ। ਅਗਨੀਵੀਰ ਦੇ ਨਾਂ 'ਤੇ ਸਪੀਕਰ ਸਾਹਿਬ ਨੌਜਵਾਨਾਂ ਨੂੰ ਬੇਰੁਜ਼ਗਾਰ ਹੀ ਨਹੀਂ ਬਣਾਇਆ ਜਾ ਰਿਹਾ, ਔਰਗਨਾਈਜ਼ ਕ੍ਰਾਈਮ 'ਚ ਧੱਕਿਆ ਜਾ ਰਿਹਾ। ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਸਾਰੇ ਹਾਊਸ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਬੈਠੇ ਆ, ਓਨਰੇਬਲ ਮਿਨਿਸਟਰ ਸਾਹਿਬਾਨ ਬੈਠੇ ਆ। ਪਿਛਲੇ ਕੱਲ੍ਹ ਸਪੀਕਰ ਸਾਹਿਬ, ਮੇਰੇ ਲੋਕ ਸਭਾ ਖੇਤਰ ਜਿਹੜਾ ਉਹਦੇ 'ਚ ਡਿਸਟ੍ਰਿਕਟ ਮੋਹਾਲੀ, ਇੱਥੇ ਅਗਨੀਵੀਰ ਜਿਹਨੇ 2 ਸਾਲ ਦੀ ਸਰਵਿਸ ਕੀਤੀ ਸੀ, ਚੋਰੀ ਕਰਦਾ ਫੜਿਆ ਗਿਆ। ਸਪੀਕਰ ਸਾਹਿਬ, ਚੋਰੀ ਕਰਦਾ, ਔਰ ਜਦੋਂ ਉਹਨੇ ਬਿਆਨ ਦਿੱਤਾ, ਤਾਂ ਉਹਨੇ ਕਿਹਾ ਵੀ ਸਾਡਾ ਕੋਈ ਭਵਿੱਖ ਨਹੀਂ ਆ, ਦੇਸ਼ ਦੀ ਸੇਨਾ ਸਾਡਾ ਕੋਈ ਫਿਊਚਰ ਹੀ ਨਹੀਂ ਆ, ਅਸੀਂ ਕਰੀਏ ਕੀ। ਇਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਸਰ ਬੇਰੁਜ਼ਗਾਰ ਕੀਤਾ ਜਾ ਰਿਹਾ। ਔਰ ਹਾਲਾਤ ਇਹ ਆ ਕਿ ਹਰਿਆਣੇ ਚੋਣ ਵਾਲੇ ਟਾਈਮ 'ਚ ਇਲੈਕਸ਼ਨ, ਔਰ ਬੀਜੇਪੀ ਦੀ ਸਰਕਾਰ ਹੈ, ਅਗਨੀਵੀਰ ਸਕੀਮ ਤੋਂ ਘਬਰਾ ਕੇ ਹਰਿਆਣਾ ਸਰਕਾਰ ਨੇ ਫੌਜੀਆਂ ਵਾਸਤੇ, ਅਗਨੀਵੀਰਾਂ ਵਾਸਤੇ ਸਪੈਸ਼ਲ ਪੈਕੇਜ ਵੀ ਪਿਛਲੇ ਦਿਨਾਂ 'ਚ ਹਰਿਆਣਾ ਦੇ ਓਨਰੇਬਲ ਮੁੱਖ ਮੰਤਰੀ ਅਨਾਊਂਸ ਕੀਤਾ ਹੈ, ਕਿਉਂਕਿ ਉਹ ਵੀ ਅਗਨੀਵੀਰ ਸਕੀਮ ਤੋਂ ਸਹਿਮਤ ਨਹੀਂ ਹੈ। ਮੇਰੀ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਹੈ
ਕਿ ਅਗਨੀਵੀਰ ਜਿਹੜੀ ਸਕੀਮ ਹੈ ਜਲਦੀ ਜਿਹੜੀ ਆ ਵਿਦਡਰਾਅ ਕੀਤੀ ਜਾਵੇ। ਤੀਸਰੀ ਗੱਲ, ਮਾਣਯੋਗ ਸਪੀਕਰ ਸਾਹਿਬ, ਇੱਥੇ ਜ਼ਿਕਰ ਹੋਇਆ ਇਸ ਬਜਟ 'ਚ ਕੋਲਕਾਤਾ ਤੋਂ ਅੰਮ੍ਰਿਤਸਰ ਕੋਰੀਡੋਰ ਬਣਨਾ ਚਾਹੀਦਾ, ਸਾਨੂੰ ਕੋਈ ਇਤਰਾਜ਼ ਨਹੀਂ। ਮੇਰੀ ਬੇਨਤੀ ਹੈ, ਜੇ ਮੁੰਬਈ ਤੋਂ ਕਰਾਚੀ ਵਪਾਰ ਹੋ ਸਕਦਾ ਹੈ ਤੇ ਲਾਹੌਰ ਤੋਂ ਪਾਕਿਸਤਾਨ ਵਪਾਰ ਕਿਉਂ ਨਹੀਂ ਹੋਣਾ ਚਾਹੀਦਾ? ਇਸ ਕਰਕੇ ਭਾਰਤ ਸਰਕਾਰ ਨੂੰ ਵਾਹਗਾ ਬਾਰਡਰ ਖੋਲ੍ਹਣਾ ਚਾਹੀਦਾ, ਜਿਹਦੇ ਨਾਲ ਪੰਜਾਬ ਹੀ ਨਹੀਂ ਪੂਰੇ ਨੌਰਥ ਇੰਡੀਆ, ਹਿਮਾਚਲ, ਹਰਿਆਣਾ, ਯੂਪੀ, ਰਾਜਸਥਾਨ ਦੀ ਵੀ ਤਰੱਕੀ ਹੋ ਸਕਦੀ ਆ। ਇਸ ਕਰਕੇ ਵਾਹਗਾ ਬਾਰਡਰ ਜਿਹੜਾ ਆ ਭਾਰਤ ਸਰਕਾਰ ਨੂੰ ਖੋਲ੍ਹਣਾ ਚਾਹੀਦਾ। ਇਸੇ ਤਰੀਕੇ ਨਾਲ ਬੜਾ ਪੰਜਾਬ ਨਾਲ ਵਿਤਕਰਾ ਹੋਇਆ ਸਪੀਕਰ ਸਾਹਿਬ, ਆਂਧਰਾ ਪ੍ਰਦੇਸ਼ ਨੂੰ ਜ਼ਿਕਰ ਹੋਇਆ 15,000 ਕਰੋੜ ਦਾ ਪੈਕੇਜ ਦੇਣ ਦਾ। ਸਪੀਕਰ ਸਾਹਿਬ, ਥੋੜ੍ਹੇ ਦੋ ਪੁਆਇੰਟ ਹੈ ਮੇਰੀ ਬੇਨਤੀ ਆ, ਮੇਰਾ ਪਹਿਲਾ ਭਾਸ਼ਣ ਹੈ। 15,000 ਕਰੋੜ ਰੁਪਇਆ ਆਂਧਰਾ ਪ੍ਰਦੇਸ਼ ਨੂੰ ਦੇਣਾ ਮੋਦੀ ਸਾਹਿਬ ਨੇ ਕੈਪੀਟਲ ਬਣਾਉਣ ਨੂੰ, ਰਾਜਧਾਨੀ ਬਣਾਉਣ ਨੂੰ। ਲੇਕਿਨ ਪੰਜਾਬ ਨਾਲ ਵਿਤਕਰਾ ਦੇਖੋ ਸਪੀਕਰ ਸਾਹਿਬ, 1966 ਰੀਓਰਗਨਾਈਜ਼ ਹੋਇਆ, ਅੱਜ 58 ਸਾਲ ਬਾਅਦ ਵੀ ਪੰਜਾਬ ਨੂੰ ਉਹਦੀ ਆਪਣੀ ਰਾਜਧਾਨੀ ਚੰਡੀਗੜ੍ਹ ਨਹੀਂ ਦਿੱਤੀ ਜਾ ਰਹੀ। ਇੰਨਾ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ। ਮੇਰਾ ਭਾਰਤ ਸਰਕਾਰ ਨੂੰ ਇਹ ਬੇਨਤੀ ਆ ਕਿ ਜਿਹੜਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਜਾੜ ਕੇ ਵਸਾਇਆ ਗਿਆ, ਉਹ ਜਲਦੀ ਤੋਂ ਜਲਦੀ ਪੰਜਾਬ ਦੇ ਹਵਾਲੇ ਕੀਤਾ ਜਾਵੇ। ਇੱਕ ਫਲੱਡ ਨੂੰ ਲੈ ਕੇ ਇੱਕ ਪੈਕੇਜ ਸਾਨੂੰ ਕੋਈ ਇਤਰਾਜ਼ ਨਹੀਂ। ਬਿਹਾਰ ਨੂੰ ਦਿੱਤਾ, ਉੱਤਰਾਖੰਡ ਨੂੰ ਦਿੱਤਾ, ਨੋ ਪ੍ਰੋਬਲਮ, ਸਾਨੂੰ ਕੋਈ ਪ੍ਰੋਬਲਮ ਨਹੀਂ। ਲੇਕਿਨ ਪਿਛਲੇ ਸਾਲ ਬਾੜ ਦੇ ਕਾਰਨ 1680 ਕਰੋੜ ਦਾ ਨੁਕਸਾਨ ਪੰਜਾਬ ਤੋਂ ਹੋਇਆ, ਉਹਦਾ ਇਹਦੇ ਜ਼ਿਕਰ ਨਹੀਂ ਹੈ ਇਸ ਬਜਟ ਪੂਰੇ 'ਚ, ਕੋਈ ਜ਼ਿਕਰ ਨਹੀਂ ਹੈ। ਮੇਰੀ ਬੇਨਤੀ ਹੈ ਭਾਰਤ ਸਰਕਾਰ ਨੂੰ ਪੰਜਾਬ ਵਾਸਤੇ ਸਪੈਸ਼ਲ ਪੈਕੇਜ ਜਿਹੜਾ ਆ ਉਹ ਅਨਾਊਂਸ ਕਰਨਾ ਚਾਹੀਦਾ, ਪੰਜਾਬ ਦਾ ਕੰਟਰੀਬਿਊਸ਼ਨ ਦੇਖ ਕੇ, ਪੰਜਾਬ ਦਾ ਫੂਡ ਗ੍ਰੇਡ। ਮੈਂ ਆਪ ਤੋਂ ਮਸ਼ਕੂਰ ਹੂੰ।